ਤੁਸੀਂ ਦੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਤੁਹਾਡੇ ਵਾਸਤੇ ਤੁਹਾਡਾ ਵੀਰ ਨਦੀਮ ਖਰਲ ਹਮੇਸ਼ਾ ਬਿਹਤਰੀਨ ਔਰ ਖੂਬਸੂਰਤ ਤਰੀਨ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਵੀ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਇਆ ਇੱਕ ਜਨਾਬ ਕੱਟਾ ਹੈ, ਬੜਾ ਨੀਲੀ ਦਾ ਪਿਓਰ, ਖੂਬਸੂਰਤ ਖੁੰਡੇ ਸਿੰਘਾਂ ਵਾਲਾ ਔਰ ਜਾਂ ਚੰਗਾ ਅਰਜਿਆ ਪੁੱਜਿਆ ਹੋਇਆ ਖੂਬਸੂਰਤ ਔਰ ਘਰ ਦਾ ਮੇਰਾ ਖਿਆਲ ਰੇੜੇ ਦਾ ਵੀ ਹਾਲੀ ਉਸ ਰੇੜੇ ਦਾ ਵੀ ਹਾਲੀ ਹੈ ਔਰ ਜਨਾਬ ਇਹਨਾਂ ਨੇ ਰੱਖਿਆ ਵੀ ਹੈ, ਗਰੇ ਬਰੀਡਰ ਹੋਇਆ ਕਿਉਂਕਿ ਘਰਾਂ ਦੇ ਵਿੱਚ ਜਿਹੜੇ ਕੱਟੇ ਨੇ ਉਹ ਬਰੀਡਰ ਰੱਖੇ ਜਾਂਦੇ ਨੇ। ਇਹ ਜਨਾਬ ਬੜਾ ਖੂਬਸੂਰਤ ਹੈ, ਇਹ ਮੇਰਾ ਕੈਮਰਾਮੈਨ ਤੁਹਾਨੂੰ ਕੱਟੇ ਦੀਆਂ ਅੱਖਾਂ ਦੋਵੇਂ ਕਾਲੀਆਂ ਨੇ, ਬਿਲਕੁਲ ਸ਼ਾਹ ਕਾਲੀਆਂ ਅੱਖਾਂ ਨੇ, ਮੱਥੇ 'ਤੇ ਫੁੱਲੀ ਹੈ, ਸਿੰਘ ਬਿਲਕੁਲ ਖੁੰਡਾ ਹੈ ਔਰ ਇਸ ਤੋਂ ਵੱਧ ਇਹਨੇ ਹੋਰ ਕੀ ਗੋਲ ਕਰਨਾ। ਨਸਲਦਾਦ ਪੈਰ ਬਿਲਕੁਲ ਬਰੀਕ ਨੇ ਔਰ ਮੋਟੇ ਨੇ, ਬਿਲਕੁਲ ਗੋਲ ਇਹਦੇ ਪੈਰ ਨੇ ਮਾਸ਼ਾਅੱਲਾ, ਜਿੰਨੀ ਕੋਲੀ ਇਹਦੀ ਵੀ ਕੋਈ ਨਹੀਂ। ਬੜਾ ਖੂਬਸੂਰਤ ਹੈ, ਚੰਗਾ ਕੱਦ ਵਾਲਾ ਹੈ, ਤਕਰੀਬਨ ਵਜ਼ਨ ਜਿਹੜਾ ਹੈ 5 ਤੋਂ 6 ਮਨ ਹੋਣਾ ਚਾਹੀਦਾ। ਬਾਕੀ ਮਾਲਕ ਨੂੰ ਪੁੱਛਣਾ ਹੋਇਆ ਸਾਰੀਆਂ ਗੱਲਾਂ। ਪਿਛਲੇ ਪੈਰ 2 ਚਿੱਟੇ ਨੇ, ਬਿਲਕੁਲ ਬਰੀਕ ਕੱਟਾ, ਇਹ ਸਾਰਾ ਕੁਛ ਇਹ ਘਰ ਦਾ ਬਰੀਡਰ ਹੈ ਜੀ, ਘਰ ਦਾ ਬਰੀਡਰ ਹੈ ਔਰ ਬਿਲਕੁਲ ਬਰੀਕ ਹੈ, ਬਿਲਕੁਲ ਟੈਸਟ ਪਿੱਛੇ ਨੂੰ ਨੇ, ਇਹ ਸਾਰਾ ਕੁਛ ਤੁਸੀਂ ਵੇਖਦੇ ਪਿਓ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸਲੀਆਂ ਕਰਾ ਰਿਹਾ ਇਸ ਬਰੀਡਰ ਦੀਆਂ। ਇਹ ਕੱਟਾ ਬੜਾ ਨੀਲੀ ਦਾ ਪਿਓਰ ਬ੍ਰਾਂਡ, ਬਿਲਕੁਲ ਬਰੀਕ ਔਰ ਜਨਾਬ ਚਾਚੇ ਨਾਲ ਗੱਲਾਂ ਕਰਾਂਗੇ ਸਾਰੀਆਂ ਕਿ ਚਾਚਾ ਇਹ ਕੱਟੇ ਦਾ ਕੋਈ ਨਸਲਦਾਦ ਦਾ ਕੋਈ ਰਿਕਾਰਡ, ਇਹਦੀ ਮਾਂ ਦਾ ਰਿਕਾਰਡ, ਸਾਰਾ ਇਹਨਾਂ ਦਾਦੀ ਦਾਦੇ ਦਾ ਘਰ ਦਾ ਜੋ ਰੱਖਿਆ ਇਹਨਾਂ ਨੇ, ਇਹ ਬਾਹਰੋਂ ਇਹਨਾਂ ਨੇ ਆਪ ਲਿਆਂਦਾ ਸੀ ਬਰੀਡ ਕਰਾਉਣ ਵਾਸਤੇ ਤੇ ਹੁਣ ਕਿਸੇ ਵਜ੍ਹਾ ਤੋਂ ਵੇਚਦੇ ਪਏ ਨੇ। ਇਹ ਮੂੰਹ ਕਿਵੇਂ, ਇਹ ਵੀ ਚਾਚਾ ਸਭ ਅਸੀਲ ਬੜਾ, ਮੂੰਹ ਚੋਗਾ ਵਿਖਾਓ, ਮੂੰਹ ਫੜਾਉਂਦਾ, ਡਰਾਇਆ ਜਨਾ, ਡਰਾਇਆ ਜਨਾ, ਡਰਾਇਆ ਜਨਾ, ਦੂਰੋਂ ਹੀ ਵਿਖਾ ਲਓ, ਮੈਨੂੰ ਦੂਰੋਂ ਹੀ ਵਿਖਾ ਲਓ, ਕੀ ਕਰਦਾ ਕੌਣ ਪਕੜਦਾ ਰਹਿੰਦਾ, ਤੁਸੀਂ ਫੜਦੇ ਹੋ ਮੁੰਡਾ ਫੜਦਾ? ਅੱਛਾ ਅੱਛਾ, ਇਹ ਬਰੀਡਰ ਆ ਜੀ, ਇਹ ਤੁਸੀਂ ਵੇਖਦੇ ਪਏ ਮੂੰਹ ਚੌਗਾ ਜੀ, ਉਹ ਬਸ ਡਰਿਆ ਖੜਾ ਕੈਮਰੇ ਦੀ ਵਜ੍ਹਾ ਤੋਂ। ਇਹ ਜਨਾਬ ਇਹਦੇ ਬੱਚੇ ਵੀ ਨੇ ਜਿਹੜੇ ਇਹਨੇ ਬਰੀਡ ਕਰਾ ਕੇ, ਮਤਲਬ ਇਹ ਕੱਟਾ ਪਿੱਛੇ ਖੜਾ ਵਾ, ਇਹ ਬਰੀਡਰ ਇਹਦੇ ਕੱਟੇ ਦੀ, ਮਤਲਬ ਇਹ ਜਨਾਬ ਇਸ ਕੱਟਾ ਜਿਹੜਾ ਇਹਦਾ ਹੀ ਬੱਚਾ ਹੈ, ਇਹਦਾ ਬੇਟਾ ਹੈ, ਅਸੀਂ ਵੇਖ ਕਿੰਨਾ ਖੂਬਸੂਰਤ ਕਿੰਨਾ ਤਗੜਾ ਕੱਟਾ ਹੈ, ਪਸ਼ਮ ਨਸਲਦਾਦ ਤੁਸੀਂ ਵੇਖ ਲਓ, ਇਹ ਦਾ ਬੱਚਾ ਹੈ ਜਨਾਬ, ਜਿਹੜਾ ਇਹਨਾਂ ਬਰੀਡ ਕਰਾਇਆ, ਘਰ ਦਾ ਹੀ ਇਹਨਾਂ ਦਾ ਹੈ ਔਰ ਇਹਨਾਂ ਨੇ ਲਿਆਂਦਾ ਸੀ ਆਪ ਹੀ ਮਾਸ਼ਾਅੱਲਾ। ਤੁਸੀਂ ਇਹਨਾਂ ਨੇ ਚਾਚੇ ਨਾਲ ਸਾਰੀ ਗੱਲਾਂ ਆਪਾਂ ਕਰ ਲੈਂਦੇ ਹਾਂ ਕਿ ਚਾਚਾ ਜੀ ਇਹਦਾ ਕੀ ਹਿਸਾਬ ਕਿਤਾਬ ਹੈ ਅਤੇ ਇਹ ਜਨਾਬ ਇਹਦੀ ਰਿਕਾਰਡ ਦਾ ਕੀ ਹਿਸਾਬ ਕਿਤਾਬ, ਮੂੰਹ ਤਾਂ ਦੱਸਦਾ ਚੌਗਾ ਹੈ, ਰੇਟ ਵੀ ਆਪਾਂ ਪੁੱਛ ਲੈਂਦੇ ਹਾਂ ਔਰ ਤੁਸੀਂ ਵੇਖ ਲਿਆ, ਇੱਕ ਵਾਰ ਤਸੱਲੀ ਦੁਬਾਰਾ ਕਰਾ ਦਈਏ ਫਿਰ ਚਾਚੇ ਨਾਲ ਗੱਲਾਂ ਕਰਦੇ ਹਾਂ। ਲਓ ਜੀ ਇਹ ਬਰੀਡਰ ਹੈ, ਬੜਾ ਨਸਲੀ ਔਰ ਬੜਾ ਤਕੜਾ, ਅੱਛਾ ਕੱਦ ਵੀ ਮਾਸ਼ਾਅੱਲਾ ਅਜੇ ਚੌਗਾ ਹੈ ਅਤੇ ਇਹਨੇ ਕੱਦ ਵੀ ਅਜੇ ਚੰਗਾ ਕਰਨਾ ਹੈ ਔਰ ਇਨਸ਼ਾਅੱਲਾ ਤੁਸੀਂ ਯਾਦ ਵੀ ਕਰੋਗੇ ਕਿ ਮਾਸ਼ਾਅੱਲਾ ਬੜਾ ਖੂਬਸੂਰਤ ਔਰ ਬੜਾ ਕਮਾਲ ਬਰੀਡਰ ਹੈ। ਨੱਥ ਨੂੰ ਤਸਾਈਆਂ ਪਾ ਛੱਡੀਏ ਡੋਲੇ ਨੂੰ ਕਿ ਬੱਜੇ ਬੁੱਜੇ ਨਾ, ਕਿਉਂਕਿ ਰੇਹੜੀ ਜੀ ਵਾਹੁੰਦੇ ਨੇ ਇਹਨੂੰ ਨਾਲ ਅਤੇ ਨਾਲ ਸਾਰਾ ਮਾਮਲਾ ਵਿੱਚ ਕਰਾਉਂਦੇ ਨੇ ਜੀ। ਚਾਚਾ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਨੇ? ਅੱਲਾਹ ਦਾ ਕਰਮ ਸ਼ੁਕਰ। ਕੀ ਨਾਮ ਹੈ ਜੀ? ਯਾਸੀਨ। ਯਾਸੀਨ, ਚਾਚਾ ਯਾਸੀਨ ਇਹ ਦੱਸੋ ਕਿ ਜਿਹੜਾ ਕੱਟਾ ਹੈ ਇਹ ਮੂੰਹ ਕਿਵੇਂ? ਮੂੰਹ ਚੌਗਾ ਜੀ। ਮੂੰਹ ਚੌਗਾ ਹੈ ਅਤੇ ਇਹਦੀ ਕਿੰਨੀ ਉਮਰ ਹੋ ਗਈ ਹੋਣੀ? ਉਮਰ ਤਾਂ 64 ਸਾਲਾਂ ਦਾ ਹੋਣਾ, ਚੌਗਾ 64 ਸਾਲਾਂ ਦਾ ਹੋ ਜਾਂਦਾ ਤਕਰੀਬਨ, ਸਾਢੇ ਕੁ 3.5-4 ਸਾਲ ਦਾ। ਹਾਂਜੀ ਇਹੋ ਕੁਛ। ਅੱਛਾ ਬੇਬੇ, ਕਹਿੰਦੀ ਪਈ ਆ ਪਿੱਛੇ ਆਵਾਜ਼ ਦੇ ਕੇ 3-3.5 ਸਾਲਾਂ ਦਾ, ਇਸ ਤੋਂ ਵੱਧ ਨਹੀਂ ਹੈਗਾ ਤੇ, ਕਿਉਂਕਿ ਬੇਬੇ ਸਾਡੇ ਤੇ ਹਾਲਾਤ ਇਦਾਂ ਦੇ ਕਿ ਗਰੇ ਜਿਹੜੇ ਨੇ ਇਹ ਕੰਮ ਸਾਰੇ ਜਿੰਨੇ ਨੇ ਮਾਲ ਦੇ, ਫਿਰ ਬੇਬੇ ਵਗੈਰਾ ਔਰ ਸਾਡੇ ਅੱਛਾ ਤੇ ਰੂਪੋਸ਼ੀ ਤਕਰੀਬਨ ਰਹਿੰਦੇ ਨੇ। ਅੱਛਾ ਚਾਚਾ ਜੀ ਦੱਸੋ ਕਿ ਜਿਹੜਾ ਇਹ ਕੱਟਾ ਹੈ ਇਹਦਾ ਕੋਈ ਮਾਂ ਦਾ ਕੋਈ ਰਿਕਾਰਡ ਪਿੱਛੇ ਜਾ ਆਪ ਲਿਆਂਦਾ ਸੀ? ਨਹੀਂ, ਮਾਂ ਮਾਸ਼ਾਅੱਲਾ ਘਰ ਦੀ ਸੀ। ਅੱਛਾ, ਉਹ ਅਸੀਂ ਦੇ ਕੇ ਦੁੱਧ ਦੇ ਸੀ 30-32 ਗੱਡੀਆਂ 30-32 ਗੱਡੀਆਂ ਪੱਕਾ ਪੱਕਾ ਲੋਹੇ ਰੰਗਾ ਯਾਰ, ਇਹ ਨਾ ਕਰ, ਥੋੜਾ ਘਟਾ ਹਾਲ ਹੈ। ਮੱਝ ਮਾਸ਼ਾਅੱਲਾ ਬਹੁਤ ਤਗੜੀ ਸੀ, ਬਹੁਤ ਤਗੜੀ ਸੀ, ਵੱਡੀ ਮੱਝ ਸੀ, ਘੱਟ ਤੋਂ ਘੱਟ ਵੀ 20 ਲੀਟਰ ਕਰਦੀ ਹੋਵੇਗੀ, ਜ਼ਿਆਦਾ ਜ਼ਿਆਦਾ 24-25 ਲੀਟਰ ਫਸ ਕੇ ਸੀ ਨਾ, ਪੱਕਾ ਪੱਕਾ ਦੋ ਟਾਈਮਾਂ ਦਾ। ਹਾਂਜੀ, ਜੱਗ ਤੋਂ ਬਗੈਰ, ਜੱਗ ਤੋਂ ਬਗੈਰ, ਮਤਲਬ ਕਿ ਜੱਗ ਸਮਾਂ ਦੇ 30 ਕਿੰਨਾ ਕਿ ਕਿੰਨੀ ਕੁ ਪੁਰਾਣੀ ਜੀ ਤੁਸੀਂ ਵੇਚੀ ਸੀ? ਉਹ ਹੋ ਗਈ ਕੁਝ 7-8 ਵੇ ਸੂਏ ਹੋ ਗਈ ਸੀ, ਇਸ ਕਰਕੇ ਵੇਚੀ। ਹਾਂਜੀ ਹਾਂਜੀ। ਅੱਛਾ ਇਹ ਦੱਸੋ ਕਿ ਇਹਦਾ ਮੁਹੱਬਤ ਪਿਆਰ ਵਾਲਾ ਮੁੱਲ ਕੀ ਹੈ? ਇਹਦਾ ਪਿਆਰ ਮੁਹੱਬਤ ਨਾਲ 1,80,000। 1,80,000 ਇਹ ਚ ਮੁਹੱਬਤ ਪਿਆਰ ਵੀ ਥੋੜਾ ਬਹੁਤ ਹੁੰਦਾ? ਥੋੜਾ ਬਹੁਤ ਹੋ ਜਾਂਦਾ। ਉਹ ਕਰਾਓਗੇ ਕਿ ਕਰੋਗੇ ਕਿ ਨਹੀਂ? ਨਹੀਂ ਕਰਾਓਗੇ, ਕਰੋਗੇ। ਅੱਛਾ ਤੇ ਇਹ ਜਨਾਬ ਅੱਲਾ ਤੇ ਰਸੂਲ ਦੇ ਹਵਾਲੇ, ਮਾਸ਼ਾਅੱਲਾ ਸੋਹਣਾ ਵੀ ਹੈ, ਨਸੀਬ ਵਿੱਚ ਹੈ, ਲੇਕਿਨ ਦੁੱਧ ਦੀ ਮੈਨੂੰ ਸਮਝ ਨਹੀਂ ਆਈ, ਥੋੜਾ ਜਿਹਾ 20 ਕਿਲੀਟਰ ਤਾਂ ਮੈਨੂੰ ਸਮਝ ਆਉਂਦਾ। ਨਹੀਂ ਨਹੀਂ, ਮੱਝ ਬਹੁਤ ਵੱਡੀ, ਬਹੁਤ ਚੰਗੀ ਸੀ, ਬਹੁਤ ਚੰਗੀ, ਪੱਕੀ ਗੱਲ ਵੇਖ ਲਓ, ਮੈਨੂੰ ਤੁਹਾਡੇ ਇਤਬਾਰ ਨਹੀਂ ਆ ਰਿਹਾ, ਇਤਬਾਰ ਕਿਉਂ ਕਰਨਾ ਪਏਗਾ? ਬਿਲਕੁਲ ਅੱਲਾ ਦੇ ਹੁਕਮ ਨਾਲ ਕਰਨਾ ਪਏਗਾ। ਬ੍ਰੀਡਰ ਤਾਂ ਬਹੁਤ ਅੱਛਾ ਹੈ, ਅੱਲਾਹ ਤਾਲਾ ਜ਼ਿੰਦਗੀ ਕਰੇ। ਵਜ਼ਨ ਕਿੰਨਾ ਕੁ ਹੋਏਗਾ ਅੰਦਾਜ਼ਾ? ਵਜ਼ਨ ਇਹਦਾ ਹੋ ਜਾਣਾ 7 ਕਮਾਂ ਦੇ ਲਗਭਗ, 6.5 ਮਨ ਤੋਂ ਹੋ ਜਾਣਾ, 6.5 ਮਨ ਵਜ਼ਨ ਹੋ ਜਾਣਾ ਇਸ ਕੱਟੇ ਦਾ। 1,80,000 ਮੁੱਲ ਹੈ ਤੇ ਮੁਹੱਬਤ ਪਿਆਰ ਹੋਵੇਗੀ ਇਨਸ਼ਾਅੱਲਾ। ਉਮੀਦ ਹੈ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਬੇਹੱਦ ਪਸੰਦ ਆਏਗੀ। ਇਨਸ਼ਾਅੱਲਾ ਹੋਰ ਨਵੀਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਾਨ ਦਾ ਬਟਨ ਦਬਾਓ ਕਿ ਮੇਰੀ ਲੇਟੈਸਟ ਵੀਡੀਓ ਤੁਹਾਨੂੰ ਮਿਲਦੀ ਰਹੇ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨਿਗਹਬਾਨ।